ਹੈਲੋ ਗਾਇਸ, ਕਿੱਦਾਂ? ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਅੱਜ ਦਾ ਵਲੋਗ ਕਰਦੇ ਆਪਾਂ ਸਟਾਰਟ। ਅੱਜ ਆਇਆ ਮੈਂ ਆਪਣੇ ਘਰ ਯੂਪੀ। ਗਾਇਸ, ਆ ਆਪਣੀ ਪੈਲੀ ਏ, ਗੰਨਾ ਬੀਜਿਆ ਹੋਇਆ। ਸਵੇਰ ਸਵੇਰ ਦਾ ਟਾਈਮ ਹੋਇਆ ਹੈ, ਬਾਬਾ ਜੀ ਵੀ ਉੱਧਰ ਬੋਲਣ ਦਿਆ ਤੇ ਆਪਾਂ ਨਿਕਲਦੇ ਹਾਂ ਮੋਰਨਿੰਗ ਵਾਕ। ਠੰਡੀ ਠੰਡੀ ਹਵਾ ਚੱਲ ਰਹੀ ਹੈ, ਮਜ਼ਾ ਆ ਰਿਹਾ ਹੈ ਤੇ ਇੱਥੇ ਕੀ ਨਾਮ ਲੈਂਦਾ ਫੁੱਲ ਇੰਜੋਏ ਹੋ ਰਿਹਾ ਹੈ। ਝੂਲਦੇ ਹੀ ਰਹਿਣਗੇ ਨਿਸ਼ਾਨ ਖੇਸਰੀ, ਖਾਲਸੇ ਨੂੰ ਮਿਲੀ ਪਹਿਚਾਣ ਕੇਸਰੀ। ਤੇ ਇੱਥੇ ਤੁਰੀ ਜਾਂਦੇ ਹਾਂ, ਵਧੀਆ ਮਾਹੌਲ ਹੈ, ਵਧੀਆ ਏ ਸੀ ਚੱਲਣ ਦਿਆ ਹੈ, ਦੁਨੀਆਂ ਸਭ ਤੋਂ ਮਹਿੰਗਾ ਏ ਸੀ ਚੱਲਣ ਦਿਆ ਹੈ ਤੇ ਇੰਨੀ ਜ਼ਿਆਦਾ ਕੂਲਿੰਗ ਕਰਨ ਦਿਆ ਹੈ, ਮਜ਼ਾ ਫੁੱਲ ਆ ਰਿਹਾ ਸਾਨੂੰ ਤਾਂ। ਇਹੀ ਕੂਲਰ ਜੇ ਕੂਲਰ ਕਹਿਣਾ, ਇਹੀ ਏ ਸੀ ਸਾਡੇ ਕਮਰਿਆਂ 'ਚ ਲੱਗ ਜੇ ਨਾ ਮਜ਼ਾ ਆ ਜਾਏਗਾ। ਹੋਰ ਰਜਾਈਆਂ ਕੱਢ ਲੈਣੀਆਂ ਨੇ, ਇੰਨੀ ਠੰਡੀ ਹਵਾ ਮੈਂ ਤੇ ਲੂ ਹੋ ਗਿਆ, ਕਣਕ ਪੱਕ ਗਈ ਏ, ਹੁਣ ਬਸ ਇਹਨੂੰ ਵੱਢਣ ਦੀ ਤਿਆਰੀ ਏ, ਬਸ ਇੱਕ ਦੋ ਦਿਨਾਂ 'ਚ ਇਹਨੂੰ ਵੱਢ ਦਾਂਗੇ। ਤੇ ਗਾਈਸ, ਹੁਣ ਅਸੀਂ ਗੁਰਦੁਆਰੇ ਚੱਲੇ ਸਾਂ ਅੰਦਰ ਮੱਥਾ ਟੇਕਣ, ਤੇ ਅਸੀਂ ਮੱਥਾ ਟੇਕਨੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਉੱਧਰ ਸਾਡਾ ਗੁਰਦੁਆਰਾ ਕਿਹੋ ਜਿਹਾ ਆ। ਓਕੇ, ਤੇ ਹੁਣ ਸਾਡੀ ਐਂਟਰੀ ਹੋਣ ਲੱਗੀ ਗੁਰਦੁਆਰੇ। ਤੇ ਵੀਰੋ ਕੀ ਲੱਗ ਗਿਆ? ਅੰਬ ਦੇ ਬੂਰ ਲੱਗ ਗਏ, ਹੁਣ ਅੰਬੀਆਂ ਲੱਗਣ ਗੀਆਂ, ਮਜ਼ਾ ਆਊਗਾ। ਤੇ ਗਾਇਸ, ਆ ਰਿਹਾ ਸਕੂਲ ਸਾਡੇ ਪਿੰਡ ਦਾ, ਇੱਥੇ ਆਪਾਂ ਵੀ ਪੜ੍ਹੇ ਹੋਏ ਹਾਂ। ਇੱਥੇ ਜਿਹੜਾ ਨਜ਼ਾਰਾ ਆਉਂਦਾ ਸੀ ਉਹ ਵੱਖਰਾ ਹੀ ਨਜ਼ਾਰਾ ਆਉਂਦਾ ਸੀ, ਪੜ੍ਹਦੇ ਹੈ ਨਹੀਂ ਸਕਦੇ। ਅੰਦਰ ਇਹ ਆ ਰੂਮ ਹੁੰਦਾ ਸੀ ਮੇਰਾ, ਇੱਧਰ ਇੱਥੇ ਸਾਡਾ ਪ੍ਰਿੰਸੀਪਲ ਸਰ ਬੈਠਾ ਹੁੰਦਾ ਸੀ, ਬੜਾ ਗੰਦਾ ਸੀ। ਵੇਖਿਆ ਹੀ ਮੈਂ, ਕਿਹੋ ਜਿਹਾ ਸੀ? ਬੜਾ ਗੰਦਾ ਸੀ, ਗੰਦੇ ਤੋਂ ਗੰਦਾ ਸੀ ਉਹ। ਸੁਣੇ, ਮੈਂ ਸੋ ਗਿਆ ਹਾਂ ਤੇ ਹੁਣੇ ਹੀ ਉੱਠਿਆ ਤੇ ਮੇਰੇ ਨਾਲ ਦਾ ਹਜੇ ਤੱਕ ਸੁੱਤਾ ਪਿਆ। ਇਹ ਲੜਦਾ ਕਿਵੇਂ ਕੀ ਜਾਗਣ ਦਿਆ ਹੋਇਆ, ਬਟ ਨਹੀਂ ਇਹ ਸੁੱਤਾ। ਕਮੈਂਟ ਕਰਕੇ ਦੱਸੇ ਕੌਣ ਐਵੇਂ ਐਵੇਂ ਸੌਂਦਾ ਅੱਖਾਂ ਖੋਲ ਕੇ। ਚਲੋ ਫਿਰ, ਓਕੇ ਵੈਸੇ ਹੁਣ ਉੱਠਿਆ ਜਨਾਬ, ਕਿੱਥੇ ਜਾ ਕੇ ਨਹੀਂ ਦੇਰ ਬਾਅਦ ਆਏ ਕਰ ਇੱਧਰ ਨੂੰ ਕਰੀ ਇੱਧਰ ਨੂੰ। ਤੇ ਗਾਈਸ, ਹੁਣ ਅਸੀਂ ਆ ਗਏ ਹਾਂ ਬਾਹਰ, ਅਸੀਂ ਗੰਨਾ ਖਾਣ ਚੱਲੇ ਆ। ਗੰਨਾ ਖਾਈਦਾ ਕਿ ਚੁੱਪੀਦਾ? ਚੁੱਪੀਦਾ ਨਹੀਂ ਖਾਈਦਾ, ਚੁੱਪੀਦਾ ਖਾਈਦਾ। ਗੰਨਾ ਚੁੱਪੀਦਾ ਕਿ ਖਾਈਦਾ? ਬਾਈ ਮੇਰਾ ਤਾਂ ਖਾਈਦਾ, ਤੁਹਾਡਾ ਪਤਾ ਨਹੀਂ ਚੁੱਪੀਦਾ ਹੋਊਗਾ।
ਚੱਲ ਠੀਕ ਆ ਸਾਹਮਣੇ ਗੰਨੇ ਆ ਹੁਣ ਰੱਜ ਕੇ ਖਾਓ ਤੇ ਪੱਟੇਗਾ ਕੌਣ ਗੰਨੇ ਆਪਾਂ ਉਹ ਪੜਾ ਵਾਲਾ ਇਹ ਪੱਟੇਗਾ ਗੰਨੇ ਚਲ ਇੱਕ ਕੰਮ ਕਰਦੇ ਆ ਕਿੰਨੇ ਕਿੰਨੇ ਗੰਨਾ ਲੈਣਾ ਹੈ ਉਹ ਆਪੇ ਆਪੇ ਪੱਟੇਗਾ ਆਪਣੇ ਵਾਸਤੇ ਚਲੋ ਹੁਣ ਪੱਟਦੇ ਆ ਗੰਨੇ ਆ ਵੇਖੋ ਹੁਣ ਗੰਨੇ ਪੱਟਣ ਚੱਲੇ ਨੇ ਲਾ ਦੀ ਟਾਣ ਭਰਾਵਾ ਧਿਆਨ ਨਾਲ ਐਵੇਂ ਮਾਰੇਗਾ ਦੂਰ ਹੀ ਰਹੋ ਲੱਤ ਲੁੱਤ ਪਾਦੇ ਨੀ ਕਰਨਾ ਲਿਆ ਦੇ ਹਾਏ ਲੱਤ ਪਾਦੀ ਗੱਲ ਦੇਖੀਏ ਧਿਆਨ ਚ ਦੇਖੀਏ ਇਸ ਲੜਕੀ ਕੋ ਭਰਾਵਾ ਜਾਂ ਗੱਡੀ ਆਉਂਦੀ ਬਈ ਗੰਨਾ ਸੱਟਿਆ ਚੱਕ ਆਏ ਹਾਏ ਏਡਾ ਲੰਮਾ ਗੰਨਾ ਟ੍ਰੀ ਲੰਮੇ ਪਾ ਤੇ ਸਾਰੇ ਇਹ ਮੇਰਾ ਗੰਨਾ ਚਲੋ ਜੀ ਦੋ ਕੈਮਰਾ ਤੇ ਗਾਈਸ ਹੁਣ ਅਸੀਂ ਗੰਨੇ ਪਲਟ ਲਏ ਆ ਤੇ ਹੁਣ ਚੱਲਦੇ ਆ ਆਪਾਂ ਕਰਨ ਉਹ ਮੇਰੇ ਨਾਲ ਮਰ ਓਏ ਓ ਕੁੜੀ ਤੇ ਗਾਈਸ ਹੁਣ ਅਸੀਂ ਗੰਨੇ ਧੋਤਾ ਕੇ ਵੱਢ ਵੁੱਢ ਕੇ ਹੁਣ ਚੂਸਣ ਨੇ ਆ ਵੇਖ ਕਿੰਜ ਲੱਗਾ ਚਲੋ ਹੁਣ ਚੂਪਦੇ ਆ ਗਾਈਸ ਇਹਨਾਂ ਦੇ ਚੱਕਰ ਚ ਮੈਂ ਆਪਣੀ ਉਂਗਲੀ ਵਲ ਬਿਟਾ ਬੈਠਾ ਬੜੀ ਚੰਗੀ ਗੱਲ ਹੋਈ ਸੁਣ ਲਓ ਇਹਦੀ ਗੱਲ ਤੇ ਹੁਣ ਪਹਿਲਾਂ ਆਪਾਂ ਲਾਉਂਦੇ ਆ ਫੋਨ ਨੂੰ ਚਾਰਜਿੰਗ ਤੂੰ ਚੂਪਣ ਲਾਣਾ ਮੈਂ ਚੂਪ ਕਰਨਾ ਤੇ ਹੁਣ ਆਪਾਂ ਲਾਉਂਦੇ ਆ ਫੋਨ ਚਾਰਜਿੰਗ ਤੇ ਫਿਰ ਅਸੀਂ ਪੱਠੇ ਆਏ ਰੱਖ ਦੇਣਾ ਕਿਉਂਕਿ ਫੋਨ ਵੀ ਚਾਰਜਿੰਗ ਕਰਨਾ ਜ਼ਰੂਰੀ ਹੈ ਫਿਰ ਅੱਗੇ ਤੁਹਾਨੂੰ ਦਿਖਾਵਾਂ ਕਰਾਂਗੇ ਆਪਾਂ ਕੀ ਕੁਛ ਕਰੇ ਜਾਂਦੇ ਹਾਂ ਤੇ ਗਾਈਸ ਹੁਣ ਅਸੀਂ ਜਾਣ ਲੱਗੇ ਹਾਂ ਘਰੇ ਤੇ ਹੁਣ ਰਾਹ 'ਚ ਦਿਖਾਉਂਗੀ ਕੁਛ ਕਰਾਂਗੇ ਤੇ ਕਿਤੇ ਜੋੜੇ ਰਹੋ ਐਵੇਂ ਕਿਤੇ ਜਾਇਓ ਨਾ ਓਕੇ ਤੇ ਗਾਈਸ ਹੁਣ ਅਸੀਂ ਜਾ ਰਹੇ ਹਾਂ ਆਪਾਂ ਘਰ ਤੇ ਹੁਣ ਮਿਲਾਂ ਘਰ ਜਾ ਕੇ ਗਾਈਸ ਅਸੀਂ ਜੂਸ ਕਰਾਇਆ ਸਾਨੂੰ ਜੂਸ ਪੀਨੇ ਪਏ ਆ ਤੇ ਹੁਣ ਪੀਨੇ ਪਹਿਲਾਂ ਸਨੈਪਚੈਟ ਪਾ ਦਈਏ ਗਾਈਸ ਗਾਈਸ ਦੋਵਾਂ ਨੇ ਤਾਂ ਪੀ ਲਿਆ ਇਹ ਹਜੇ ਤੱਕ ਪੀ ਲਿਆ ਇਹ ਲਾਸਮ ਲੇਟ ਕਰੂਗਾ ਨੇਰਾ ਅੱਗੇ ਹੀ ਹੋ ਗਿਆ ਤੇ ਗਾਈਸ ਇੱਕ ਹੋਰ ਗੱਡੀ ਆਉਂਦੀ ਪਈ ਆਪਾਂ ਉਹਦੇ 'ਚ ਜਾਣਾ ਹੈ ਬਸ ਇਹ ਸਾਨੂੰ ਸ਼ਹਿਰ ਤੱਕ ਛੱਡਣ ਆਈ ਸੀ ਸਾਡੀ ਦੂਜੀ ਗੱਡੀ ਆ ਚੁੱਕੀ ਹੈ ਗ੍ਰੀਨ ਬੱਤੀ ਚਲਾ ਹੂੰ ਪਲਾਜ਼ਾ
ਥਰਡ ਫਲੋਰ ਪਲਾਨ ਦੇ ਤੋਂ ਲੰਘ ਕੇ ਆ ਗਏ ਅਸੀਂ ਢਾਬੇ ਤੇ ਰੋਟੀ ਖਾਣ। ਜਿੱਤ ਸ਼ੁਰੂ ਹੁੰਦੀ ਸਦਾ ਉੱਚੀ ਥਿੰਕ ਤੋਂ, ਟਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ, ਟਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਜਿਉਂਦੇ ਕੋਠਿਆਂ ਦਾ ਭੁੱਲਦਾ ਖਿਆਲ ਨੀ, ਗੱਲ ਫੇਰ ਕੋਈ ਕਰਾਂਗੇ ਯਾਰਾ ਅਗਲੀ, ਉੱਡੇ ਹੱਡਾਂ ਤੋਂ ਮਿੱਟੀ ਨੀ ਹੁਣ ਲੱਗਦੀ, ਛੱਤ ਬੱਲਿਆਂ ਦੀ ਕਰਨੀ ਆ ਬਦਲੀ, ਸ਼ੇਮ ਫੀਲ ਕਰਦੇ ਆ ਸਾਡੇ ਲਿੰਕ ਤੋਂ, ਟਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ, ਟਿੱਕਾ ਫੋੜਦਾ ਲਊਗਾ ਜੱਟ ਇੱਥੇ ਵੀ, ਪਹਿਲਾਂ ਬਾਪੂ ਦਾ ਛਡਾਉਣਾ ਵੋਟ ਬੈਂਕ ਤੋਂ। ਭਾਈ ਸੁਣ, ਅਸੀਂ ਪਾਉਣ ਲੱਗਿਆ ਸੀ ਐਨ ਜੀ ਗੈਸ ਆਪਣੇ ਗੱਡੀ ਵਿੱਚ, ਗੈਸ ਫ੍ਰੀ ਚ ਰਹੀ ਹੈ ਸੀ ਐਨ ਜੀ।